ਕਰ ਇਸ਼ਨਾਨ ਸਿਮਰਨ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਅਤੇ ਪੰਜਾਬ ਬੋਲ ਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ ਅਤੇ ਅੱਜ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੇ ਹੋਏ ਹਾਂ। ਪਵਿੱਤਰ ਮਈ ਦੇ ਕੰਢੇ 'ਤੇ ਅਸੀਂ ਖੜ੍ਹੇ ਹਾਂ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਅੱਜ ਬਾਬੇ ਨਾਨਕ ਦੇ ਉਸ ਫਲਸਫੇ ਨੂੰ ਲੋਕਾਂ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਸ ਦੇ ਵਿੱਚ ਬਾਬੇ ਨਾਨਕ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਅਸੀਂ ਆਪਣੇ ਆਲੇ ਦੁਆਲੇ ਨੂੰ ਸਾਂਭਣ ਦੇ ਲਈ ਕਿੰਨੇ ਕੁ ਜਾਗਰੂਕ ਹਾਂ ਅਤੇ ਬਾਬੇ ਨਾਨਕ ਦੇ ਸੰਦੇਸ਼ ਜ਼ਰੀਏ ਅਸੀਂ ਕਿੰਨੀ ਕੁ ਪ੍ਰੇਰਣਾ ਲੈ ਰਹੇ ਹਾਂ, ਅਤੇ ਜੋ ਲੋਕ ਇੱਥੇ ਪਹੁੰਚ ਰਹੇ ਨੇ ਦਰਸ਼ਨ ਕਰਨ ਦੇ ਲਈ, ਉਹ ਗੁਰੂ ਸਾਹਿਬ ਤੋਂ ਕੀ ਕੁਝ ਪ੍ਰੇਰਣਾ ਲੈ ਰਹੇ ਨੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੇ ਲਈ, ਉਹ ਲੋਕਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਆਓ ਚੱਲਦੇ ਹਾਂ, ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਬਾਬਾ ਜੀ ਦਾ ਸੰਦੇਸ਼ ਕਿੰਨਾ ਕੁ ਲੋਕਾਂ ਤੱਕ ਪਹੁੰਚਿਆ ਹੈ। ਅਤੇ ਪਵਿੱਤਰ ਵੇਈ ਦੇ ਕੰਢੇ ਅਸੀਂ ਮੌਜੂਦ ਹਾਂ ਅਤੇ ਸੰਗਤ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਆ ਕੇ ਇੱਥੇ ਦਰਸ਼ਨ ਕਰ ਰਹੀ ਹੈ ਪਵਿੱਤਰ ਵੇਈ ਦੇ, ਅਤੇ ਨਾਲ ਦੀ ਨਾਲ ਉਧਰੋਂ ਜਲ ਵੀ ਜਿਹੜਾ ਹੈ ਪਵਿੱਤਰ ਵੇਈ ਦਾ ਉਸ ਗ੍ਰਹਿਣ ਕੀਤਾ ਜਾ ਰਿਹਾ ਸੰਗਤ ਦੇ ਵੱਲੋਂ। ਅਤੇ ਇਸ ਤੋਂ ਇਲਾਵਾ ਵੇਈ ਨਦੀ ਦੇ ਕੰਢੇ ਦੇ ਉੱਤੇ ਬਹਿ ਕੇ ਵੀ ਲੋਕ ਜਿਹੜਾ ਹੈ ਇਸ ਪਵਿੱਤਰ ਵੇਈ ਦੇ ਦਰਸ਼ਨ ਕਰ ਰਹੇ ਨੇ, ਅਤੇ ਗੁਰੂ ਸਾਹਿਬ ਦਾ ਜੋ ਅਹਿਸਾਸ ਹੈ, ਜੋ ਆਸ਼ੀਰਵਾਦ ਹੈ, ਉੱਥੇ ਬਹਿ ਕੇ ਆ ਕੇ ਲੈਣ ਦੀ ਉਹ ਕੋਸ਼ਿਸ਼ ਕਰ ਰਹੀ ਹੈ ਸੰਗਤ। ਅਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਕੰਢੇ ਦੇ ਉੱਤੇ ਆ ਕੇ ਸੰਗਤ ਜਿਹੜੀ ਹੈ ਬੈਠੀ ਹੋਈ ਹੈ। ਤਮਾਮ ਸੰਗਤ ਇਸੇ ਤਰੀਕੇ ਨਾਲ ਜੋ ਕਿ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੀ ਹੈ, ਅਤੇ ਇਸ ਦੌਰਾਨ ਪਵਿੱਤਰ ਵੇਈ ਜਿਹੜੀ ਹੈ ਉਸ ਦੇ ਦਰਸ਼ਨ ਕਰਨ ਲਈ ਵੀ ਜ਼ਰੂਰ ਸੰਗਤ ਇੱਥੇ ਪਹੁੰਚੀ ਹੋਈ ਹੈ। ਸੰਤ ਘਾਟ ਗੁਰਦੁਆਰੇ ਦੇ ਦਰਸ਼ਨ ਕਰ ਰਹੀ ਹੈ ਅਤੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਅਸੀਂ ਕਰਾਂਗੇ ਕਿ ਕਿਸ ਤਰੀਕੇ ਨਾਲ ਇੱਥੇ ਪਹੁੰਚੇ ਨੇ ਅਤੇ ਕੀ ਕੁਝ ਇੱਥੇ ਆ ਕੇ ਇਹਨਾਂ ਨੂੰ ਮਹਿਸੂਸ ਹੋ ਰਿਹਾ ਗੁਰੂ ਸਾਹਿਬ ਦੇ ਇੱਥੇ ਆ ਕੇ, ਅਤੇ ਬਹੁਤ ਸਾਰੇ ਲੋਕ ਇੱਥੇ ਦਰਸ਼ਨ ਕਰ ਰਹੇ ਨੇ। ਬੇਬੀ ਸਤਿ ਸ਼੍ਰੀ ਅਕਾਲ, ਕਿੱਥੋਂ ਆਏ ਹੋ ਤੁਸੀਂ? ਕਿਸ ਤਰੀਕੇ ਲੱਗ ਰਿਹਾ ਰਿਹਾ ਕਿ ਤੁਸੀਂ ਬਈ ਨੇ ਕੰਢੇ ਆਏ ਹੋ ਬਾਬੇ ਜੀ ਨਾਲ ਸੰਬੰਧਿਤ ਹੈ? ਹਾਂਜੀ, ਬਾਬਾ ਜਗਤਾਰ ਸਿੰਘ ਜੀ ਨਾਲ, ਤਰਨ ਤਾਰਨ ਵਾਲਿਆਂ ਨਾਲ, ਉਹਨਾਂ ਦੀ ਗੱਡੀ 'ਤੇ ਆਏ। ਕਿੰਨਾ ਲੱਗ ਰਿਹਾ ਰਿਹਾ ਕਿ 550ਵੇਂ ਪ੍ਰਕਾਸ਼ ਪੁਰਬ ਤੇ? ਬਹੁਤ ਸ਼ਰਧਾ ਤੇ ਪਿਆਰ, ਬਹੁਤ ਖੁਸ਼ਹਾਲੀ ਵਾਲਾ ਦਿਨ, ਚਮਤਕਾਰ ਲੱਗ ਰਿਹਾ ਜੀ। ਤੇ ਗੁਰੂ ਸਾਹਿਬ ਨੇ ਕਿਹਾ ਸੀ ਪਾਣੀ ਪੁਣੀ ਸਾਫ਼ ਰੱਖਣਾ ਆਪਣਾ, ਤੁਹਾਨੂੰ ਲੱਗਦਾ ਕਿ ਸਾਨੂੰ ਧਿਆਨ ਦੇਣ ਦੀ ਲੋੜ ਹੈ ਇਸ ਪਾਸੇ ਵੀ ਆਪਣਾ ਆਲਾ ਦੁਆਲਾ ਸਾਫ਼ ਰੱਖੀਏ ਸਾਰਾ ਕੁਝ? ਲਗਾਤਾਰ ਸੰਗਤ ਜਿਹੜੀ ਆ ਕੇ ਖੁਸ਼ੀ ਜ਼ਾਹਿਰ ਕਰ ਰਹੀ ਹੈ ਕਿ ਇੱਥੇ ਪਹੁੰਚੇ ਨੇ ਉਹ ਦਰਸ਼ਨ ਕਰਨ ਦੇ ਲਈ, ਖੁਸ਼ੀ ਆ ਉਹਨਾਂ ਨੂੰ ਕਿ ਮੌਕਾ ਮਿਲਿਆ ਹੈ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਇੱਥੇ ਆਏ ਹੋਏ ਨੇ, ਅਤੇ ਇਸੇ ਲਈ ਗੁਰੂ ਸਾਹਿਬ ਦੇ ਨਾਲ ਖਾਸ ਤੌਰ 'ਤੇ ਸੰਬੰਧਿਤ ਹੈ, ਇਸ ਲਈ ਵੇਈ ਦੇ ਵੀ ਦਰਸ਼ਨ ਕਰਨੇ ਜ਼ਰੂਰੀ ਨੇ, ਇਸ ਲਈ ਵੇਈ ਦੇ ਦਰਸ਼ਨ ਕਰਨ ਲਈ ਪਹੁੰਚੇ ਨੇ। ਭਾਅ ਜੀ ਕਿੱਥੋਂ ਆਏ ਤੁਸੀਂ? ਅਸੀਂ ਅੰਮ੍ਰਿਤਸਰ ਤੋਂ ਆਏ ਜੀ। ਅੰਮ੍ਰਿਤਸਰ ਤੋਂ ਆਏ? ਹਾਂਜੀ। ਕਿਸ ਤਰੀਕੇ ਲੱਗ ਰਿਹਾ ਰਿਹਾ ਵੇਈ ਦੇ ਕੰਢੇ ਤੁਸੀਂ ਪਹੁੰਚੇ ਹੋ ਗੁਰੂ ਸਾਹਿਬ? ਬਹੁਤ ਵਧੀਆ ਲੱਗ ਰਿਹਾ ਜੀ ਦਰਸ਼ਨ ਕਰਕੇ। ਹਾਂਜੀ, ਕਿਸ ਤਰੀਕੇ ਦੇ ਪ੍ਰਬੰਧ ਨੇ ਇੱਥੇ ਦੇ? ਬਹੁਤ ਵਧੀਆ ਪ੍ਰਬੰਧ ਨੇ, ਕੋਈ ਚੀਜ਼ ਦੀ ਘਾਟ ਨਹੀਂ। ਅੱਛਾ, ਇੱਕ ਗੁਰੂ ਸਾਹਿਬ ਨੇ ਪਾਣੀ ਨੂੰ ਲੈ ਕੇ ਸੰਦੇਸ਼ ਦਿੱਤਾ ਸੀ ਕਿ ਆਲਾ ਦੁਆਲਾ ਸਾਫ਼ ਰੱਖੋ ਜ਼ਰੂਰੀ ਹੈ, ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਟਾਈਮ 'ਚ ਪੰਜਾਬ 'ਚ ਲੋੜ ਹੈ ਪਾਣੀ ਬਚਾਉਣ ਦੀ? ਲੋੜ ਹੈ ਜੀ, ਪਾਣੀ ਦੀ ਵੀ ਲੋੜ ਹੈ। ਹਾਂਜੀ, ਹੋਰ ਆਲੇ ਦੁਆਲੇ ਤੁਹਾਨੂੰ ਲੱਗਦਾ ਕਿ ਪ੍ਰਦੂਸ਼ਣ ਬੜਾ ਹੋ ਰਿਹਾ ਇਹਨਾਂ ਚੀਜ਼ਾਂ ਦਾ? ਹੋ ਰਿਹਾ, ਹੁਣ ਧਿਆਨ ਸਾਰੇ ਦੇਣ 'ਤੇ ਫੇਰ ਸਾਰੇ ਧਿਆਨ ਰੱਖਣਗੇ। ਪਰ ਤੁਹਾਨੂੰ ਲੱਗਦਾ ਕਿ ਲੋਕ ਦੇ ਰਹੇ ਧਿਆਨ? ਕੁਝ ਅਸਰ ਹੋ ਰਿਹਾ, ਕੁਝ ਅਸਰ ਹੋ ਰਿਹਾ, ਹੋਰ ਲੋੜ ਹੈ ਵੈਸੇ ਤੁਹਾਨੂੰ ਲੱਗਦਾ? ਹੋਰ ਲੋੜ ਹੈ, ਪਹਿਲੇ ਨਾਲੋਂ ਬਹੁਤ ਫਰਕ ਆ। ਤੁਸੀਂ ਕੰਮ ਕੀ ਕਰਦੇ? ਖੇਤੀਬਾੜੀ ਕਰਦੇ? ਹਾਂਜੀ, ਖੇਤੀਬਾੜੀ ਕਰਦੇ। ਲੱਗਦਾ ਕਿ ਕਿਸਾਨਾਂ ਨੂੰ ਵੀ ਜ਼ਰੂਰ ਇਸ ਪਾਸੇ ਗੌਰ ਕਰਨੀ ਚਾਹੀਦੀ? ਹਾਂਜੀ, ਇਸ ਬਾਰੇ ਧਿਆਨ ਦੇਣਾ ਚਾਹੀਦਾ। ਤੁਸੀਂ ਕਿੱਥੇ ਆਇਆ ਜੀ? ਸਰ, ਮੈਂ ਡਿਊਟੀ ਆਇਆ। ਹਾਂ ਜੀ, ਹਾਂ। ਕਿਸ ਤਰੀਕੇ ਲੱਗ ਰਹੇ ਤੁਸੀਂ ਸੁਲਤਾਨਪੁਰ? ਸਰ, ਬਹੁਤ ਸੋਹਣਾ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ। ਪਹਿਲੀ ਵਾਰ ਡਿਊਟੀ ਆਇਆ ਮੈਂ? ਪਹਿਲੀ ਵਾਰ ਆਇਆ? ਪਹਿਲੀ ਵਾਰ ਸਰ, ਬਹੁਤ ਵਧੀਆ ਲੱਗਾ ਸਰ ਮੈਨੂੰ ਦੇਖ ਕੇ। ਵੇਈ ਦੇ ਕੰਢੇ ਤੁਸੀਂ ਇੱਥੇ ਪਹੁੰਚੇ ਹੋਏ ਹੋ, ਗੁਰੂ ਸਾਹਿਬ ਨੇ ਕਿਹਾ ਸੀ ਕਿ ਆਲਾ ਦੁਆਲਾ ਸਾਫ਼ ਰੱਖਣਾ ਜ਼ਰੂਰੀ ਹੈ। ਠੀਕ ਹੈ ਸਰ, ਠੀਕ ਹੈ, ਜ਼ਰੂਰੀ ਹੈ, ਬਹੁਤ ਵਧੀਆ ਕਰਿਆ ਬਾਬਾ ਜੀ ਨੇ ਤਾਂ ਜੀ। ਪ੍ਰਦੂਸ਼ਣ ਹੋ ਗਿਆ, ਪਾਣੀ ਹੋ ਗਿਆ, ਨੀਚੇ ਜਾ ਰਿਹਾ, ਇਹਦੀ ਪ੍ਰੋਬਲਮ ਆ ਰਹੀ ਹੈ। ਤਮਾਮ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਲੋਕ ਇਹੀ ਚਾਹੁੰਦੇ ਨੇ ਕਿ ਜੀ ਬਾਬਾ ਜੀ ਨੇ ਜੋ ਸੰਦੇਸ਼ ਦਿੱਤਾ ਉਹ ਸਭ ਤੱਕ ਪਹੁੰਚੇ, ਅਤੇ ਲੋਕ ਖੁਸ਼ ਨੇ ਇੱਥੇ ਪਹੁੰਚ ਕੇ ਦਰਸ਼ਨ ਕਰਕੇ ਵੀ ਉਹ ਖੁਸ਼ ਨੇ। ਕੁਝ ਹੋਰ ਨੌਜਵਾਨਾਂ ਦੇ ਨਾਲ ਗੱਲ ਕਰਨ ਦੀ ਇੱਥੇ ਕੋਸ਼ਿਸ਼ ਕਰਾਂਗੇ, ਅਤੇ ਨਾਲ ਦੀ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇੱਥੇ ਕਿ ਕਿਸ ਤਰੀਕੇ ਨਾਲ ਜਿਹੜੇ ਨੇ ਲੋਕ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ। ਭਾਅ ਜੀ ਕਿੱਥੋਂ ਆਏ ਤੁਸੀਂ? ਅਸੀਂ ਬਰਨਾਲੇ ਤੋਂ ਆਏ ਜੀ। ਕਿਸ ਤਰੀਕੇ ਲੱਗ ਰਿਹਾ ਦਰਸ਼ਨ ਕਰਨ ਲਈ ਆਏ ਹੋ 550ਵੇਂ ਪ੍ਰਕਾਸ਼ ਪੁਰਬ? ਹਾਂਜੀ, ਬਹੁਤ ਵਧੀਆ ਫੀਲ ਹੁੰਦਾ ਜੀ, ਮਨ ਨੂੰ ਸ਼ਾਂਤੀ ਮਿਲਦੀ ਜੀ। ਆਪਾਂ ਇੱਥੇ ਆ ਕੇ ਆਪਣਾ ਸਿੱਖ ਧਰਮ ਹੈ ਜਿਸ ਹਿਸਾਬ ਨਾਲ ਆਪਾਂ ਜੀ ਵੀ ਜਿਸ ਦਾ ਉਪਰਾਲਾ ਹੋਇਆ ਜੀ, ਬਹੁਤ ਟਾਈਮ ਬਾਅਦ ਆਊਗਾ ਜੀ ਦੇਖਣ ਨੂੰ ਦੁਬਾਰਾ ਤੋਂ, ਫਿਰ ਇਹੋ ਜਿਹਾ ਕੁਛ ਦੇਖਣ ਨੂੰ। ਤੁਸੀਂ ਵੇਈ ਦੇ ਦਰਸ਼ਨ ਕਰ ਰਹੇ ਹੋ ਉਰੇ, ਪਾਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਬੜੀ ਦਿੱਕਤ, ਆਲੇ ਦੁਆਲੇ ਨੂੰ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਹਾਂਜੀ, ਤੁਹਾਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਹੈ, ਇਸ ਪਾਸੇ ਗੌਰ ਕਰਨਾ ਚਾਹੀਦਾ, ਗੁਰੂ ਸਾਹਿਬ ਦੀ ਬਾਣੀ ਦੇ ਵੱਲ ਧਿਆਨ ਦੇਣ ਦੀ ਲੋੜ ਹੈ? ਹਾਂਜੀ, ਜ਼ਰੂਰ ਕਰਨਾ ਚਾਹੀਦਾ ਜੀ, ਜਿਸ ਹਿਸਾਬ ਦਾ ਆਪਣਾ ਹੁਣ ਚੱਲ ਰਿਹਾ ਗਾ, ਧਿਆਨ ਦੇਣਾ ਜ਼ਰੂਰ ਹੈ ਜੀ। ਇਸ ਪਾਣੀ ਪਾਣੀ ਆਬੋ ਹਵਾ ਜ਼ਰੂਰੀ ਹੈ।
ਲੱਗਦਾ ਕਿ ਨੌਜਵਾਨ ਅਹਿਮ ਭੂਮਿਕਾ ਅਦਾ ਕਰ ਸਕਦੇ ਨੌਜਵਾਨਾਂ ਨੂੰ ਜ਼ਿਆਦਾ ਗੌਰ ਕਰਨ ਦੀ ਲੋੜ? ਹਾਂਜੀ ਜ਼ਰੂਰ ਤਾਂ ਜੀ, ਹੁਣ ਜਿਸ ਤਰ੍ਹਾਂ ਅਸੀਂ ਵੱਡੇ ਹੋਵਾਂਗੇ ਹੁਣ ਅੱਗੇ ਸਾਨੂੰ ਹੀ ਸਾਂਭਣਾ ਪਊਗੀ ਸਾਰਾ ਕੁਛ, ਜਿਵੇਂ ਨੌਜਵਾਨ ਪੀੜ੍ਹੀ ਅੱਗੇ ਵਧੂਗੀ ਅਤੇ ਅੱਗੇ ਅਸੀਂ ਜਿਹੋ ਜਿਹਾ ਕੁਛ ਕਰਾਂਗੇ ਸਾਥੋਂ ਛੋਟੇ ਹੋਰ ਉਦੋਂ ਵੱਧ ਸਮਝਣਗੇ। ਜੀ ਜੇ ਨੌਜਵਾਨ ਜਾਗਰੂਕ ਹੋਣਗੇ, ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਨਾਮ ਬੱਗਾ ਸਿੰਘ। ਇਹ ਦੱਸੋ ਕਿ ਤੁਸੀਂ ਦਰਸ਼ਨ ਕਰਨ ਲਈ ਆਏ ਹੋ, ਕਿਵੇਂ ਲੱਗ ਰਿਹਾ ਉਰੇ ਆ ਕੇ? ਬਹੁਤ ਵਧੀਆ ਲੱਗ ਰਿਹਾ। ਪ੍ਰਬੰਧ ਪ੍ਰਬੰਧ ਕਿਵੇਂ ਨੇ? ਠੀਕ ਨੇ? ਪ੍ਰਬੰਧ ਵੀ ਵਧੀਆ ਵਾ। ਅਤੇ ਇੱਥੇ ਤੁਸੀਂ ਬਈ ਦੇ ਦਰਸ਼ਨ ਕਰਨ ਲਈ ਆਏ ਹੋ, ਇਹ ਦੱਸੋ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਆਲਾ ਦੁਆਲਾ ਸਾਫ਼ ਰੱਖੋ, ਪਾਣੀ ਸਾਫ਼ ਰੱਖੋ ਆਪਣਾ, ਕੀ ਹਾਲਾਤ ਤੁਹਾਨੂੰ ਲੱਗਦਾ ਪੰਜਾਬ ਦੇ? ਹਾਲਾਤ ਜਿਹੜੇ ਆ ਤੁਹਾਨੂੰ ਸੱਚ ਹੀ ਦੱਸਦੇ ਹਾਂ, 1985 ਦੀ ਗੱਲ ਆ। 1985 ਦੇ ਵਿੱਚ ਇਹ ਮੀਂਹ ਦਾ ਪਾਣੀ ਬਿਲਕੁਲ ਸੁੱਕ ਗਿਆ ਸੀ, ਦੋਵੇਂ 'ਚ ਚਿੜਾਂ ਪਾਟੀਆਂ ਹੋਈਆਂ ਸੀਗੀਆਂ ਅਤੇ ਲੋਕ ਜੰਗਲ ਬਹਿਣ ਡਏ ਇਸ ਵਿੱਚ। 1985 ਦੀ ਮਈ ਜੂਨ ਦੀ ਗੱਲ ਜੁਲਾਈ ਦੀ ਆ ਇਹੋ, ਨਹੀਂ ਤਾਂ ਜਿਹੜੇ ਹੋਰ ਬੰਦੇ ਉਹਨਾਂ ਨੂੰ ਪੁੱਛ ਕੇ ਵੇਖ ਲਓ। ਪਰ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇੱਥੋਂ ਦੀ ਲੰਘੇ ਹਾਂ, ਅਸੀਂ ਮਹਾਰਾਜ ਵਾਲੇ ਜਾਣਾ ਸੀ, ਉੱਥੇ ਗਏ ਹਾਂ, ਰੋਟੀ ਖਾਧੀ ਆ। ਬੰਦੇ ਚਾਰ ਇੱਕ ਬੰਨੇ ਬੈਠੇ ਸੀਗੇ, ਤਿੰਨ ਇੱਕ ਬੰਨੇ ਬੈਠੇ ਸੀ, ਸੱਤ ਬੈਠੇ ਹੋਏ ਸੀ ਜੰਗਲ। ਜਦੋਂ ਅਸੀਂ ਬੇਰ ਸਾਹਿਬ ਦੇ ਕੋਲ ਗਏ ਹਾਂ ਤਾਂ ਅਸੀਂ ਕਿਹਾ ਇੱਥੋਂ ਤਾਂ ਬਾਬੇ ਨੇ ਚੁੰਬੀ ਮਾਰੀ ਅਤੇ ਇੱਥੇ ਨਿਕਲੇ, ਇੱਥੇ ਪਾਣੀ ਦਾ ਘੁੱਟ ਨਹੀਂ। ਪਰ ਉਹ ਅਕਾਲ ਪੁਰਖ ਨੇ ਇੰਨੀ ਕਿਰਪਾ ਕੀਤੀ ਆ, ਅਸੀਂ ਉੱਥੇ ਜਾ ਕੇ ਸੌਂ ਗਏ ਹਾਂ, ਰੋਟੀ ਖਾਧੀ ਆ। ਚਾਰ ਘੰਟੇ ਦੇ ਵਿੱਚ ਇੰਨਾ ਪਾਣੀ ਜਿਹੜਾ ਵਾ, ਜਿਹੜਾ ਲੋਹੀਆਂ ਤੋਂ ਰਸਤਾ ਆਉਂਦਾ ਉਹ ਰਾਹ ਬੰਦ ਕਰ ਦਿੱਤਾ। ਇਹ ਉਹਦੀ ਕਿਰਪਾ ਵਾ ਜਿਹੜਾ ਸਾਰਿਆਂ ਨੂੰ ਪਾਲਣ ਹਾਰਿਆ, ਜਿਹੜਾ ਸਾਰਿਆਂ ਨੂੰ ਬਚਾਉਣ ਵਾਲਾ। ਪਰ ਅੱਜ ਜੋ ਸਾਡੇ ਤੁਸੀਂ ਕਹਿੰਦੇ ਕਿ ਪਾਣੀ ਦਾ ਰੌਲਾ ਪੈਂਦਾ, ਪਾਣੀ ਬਚਾਓ ਪਾਣੀ ਬਚਾਓ, ਅੱਜ ਤੋਂ ਪਹਿਲਾਂ ਜਿਹੜੇ ਬੰਦੇ ਕਪੂਰਥਲੇ ਇੰਟਰ ਹੁੰਦੇ ਸੀ ਦਿੱਲੀ ਪਾਸਿਓਂ, ਉਹਨਾਂ ਨੂੰ ਦੱਸੋ ਕਿ ਕਪੂਰਥਲੇ ਜਦੋਂ ਇੰਟਰ ਹੋਈਦਾ ਸੀ ਕਿ ਪਾਣੀ ਕਿੱਦਾਂ ਚੱਲਦਾ ਸੀ, ਕਿੰਨਾ ਪਾਣੀ ਸਾਫ਼ ਸੀ, ਉੱਥੇ ਧੋਬੀ ਘਾਟ ਸੀ, ਉੱਥੇ ਬੰਦੇ ਧੋਬੀ ਕੱਪੜੇ ਧੋਂਦੇ ਸੀ, ਪਾਣੀ ਸਾਫ਼ ਸੀ। ਹੁਣ ਉੱਥੇ ਜਾ ਕੇ ਦੇਖੋ ਕੀ ਹਾਲ ਆ। ਜਲੰਧਰ 'ਚ ਅਸੀਂ ਇੰਟਰ ਹੁੰਦੇ ਸੀ, ਜਲੰਧਰ ਦੀ ਵੇਈ ਪੂਰੀ ਵਗਦੀ ਸੀ, ਉਹਦਾ ਪਾਣੀ ਲੋਕ ਵਰਤਦੇ ਸੀ, ਉਹ ਹਵਾ ਨੂੰ ਠੀਕ ਕਰਦਾ ਸੀ। ਸਾਡੀਆਂ ਸਰਕਾਰਾਂ ਜਿਹੜੀਆਂ ਆਈਆਂ ਨੇ ਉਹਨੇ ਗੰਦ ਪਾ ਤਾ ਪੰਜਾਬ ਦੇ ਵਿੱਚ, ਕਿਹੜੀ ਨਿਗਾਹ ਨਹੀਂ ਹੋ ਪੰਜਾਬ ਨੂੰ ਸੁਧਾਰਨ ਵਾਲੀ? ਆਪਣੇ ਆਪ ਨੂੰ ਸੁਧਾਰ ਦਿਓ ਸਾਰੇ, ਨਹੀਂ ਤਾਂ ਜਾ ਕੇ ਦੇਖ ਲਓ ਮੌਕੇ 'ਤੇ, ਦੇਖੋ ਤੁਸੀਂ ਕਪੂਰਥਲੇ ਕੀ ਹਾਲ ਆ ਜਦੋਂ ਇੰਟਰ ਹੁੰਦੇ ਹਾਂ, ਅਤੇ ਜਲੰਧਰ 'ਚ ਇੰਟਰ ਹੁੰਦੇ ਹਾਂ, ਉਹ ਕੀ ਹਾਲ ਆ। ਇਹ ਸਿਰਫ ਇੱਕ ਆਪਣੇ ਸੀਸੇਵਾਲ ਸਾਹਿਬ ਜੋ ਇਹ ਪੂਜਨ ਯੋਗ ਆ, ਇਹਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ, ਬਹੁਤ ਮਿਹਨਤ ਕੀਤੀ, ਆ ਜੋ ਵੀ ਕੀਤਾ ਇਹਨਾਂ ਨੇ ਹਰਿਆ ਭਰਿਆ ਇਹਨੂੰ ਕੀਤਾ। ਇਹੋ ਜਿਹੇ ਬੰਦਿਆਂ ਨੂੰ ਅੱਗੇ ਲਿਆਉਣ ਦੀ ਲੋੜ ਆ, ਜਿਹੜੇ ਦੂਸਰੇ ਬੰਦੇ ਆ ਸ਼ਰਾਬਾਂ ਪਿਆ ਕੇ ਆਉਂਦੇ ਆ, ਉਹਨਾਂ ਨੂੰ ਬੰਦ ਕਰਨਾ ਚਾਹੀਦਾ। ਉਹਨੂੰ ਇੱਥੇ ਸ਼ਰਾਬਾਂ ਪਿਆ ਕੇ ਇੱਥੇ ਸਭ ਕੁਛ ਵਿਕਾਊਗਾ, ਸ਼ਰਾਬਾਂ ਪਿਆ ਕੇ ਸਰਕਾਰਾਂ ਬਣਾਉਂਦੇ ਆ, ਸਾਰਾ ਕੁਛ ਕਰਦੇ ਆ, ਲੋਕਾਂ ਨੂੰ ਪੈਸੇ ਦੇ ਕੇ ਸ਼ਰਾਬਾਂ ਪੀਂਦੀਆਂ, ਸਾਰਾ ਕੁਛ ਮੁੱਲ ਆ ਇੱਥੇ ਸਭ ਕੁਛ। ਜੋ ਬਾਬਾ ਜੀ ਨੇ ਮਿਹਨਤ ਕੀਤੀ ਆ, ਉਹ ਕਰਾਉਣ ਵਾਲਾ ਤਾਂ ਮਾਲਕ ਹੀ ਆ, ਕਰਨ ਵਾਲਾ ਤਾਂ ਉਹ ਮਾਲਕ ਹੀ ਆ ਨਾ। ਪਰ ਜੋ ਇਹਨੂੰ ਸੇਵਾ ਉਹਨੇ ਬਖਸ਼ੀ ਆ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਅਤੇ ਅੱਗੇ ਤੋਂ ਵੀ ਇਹਨੂੰ ਸੇਵਾ ਕਰਨ ਦਾ ਮੌਕਾ ਬਖਸ਼ੇ। ਬਿਲਕੁਲ ਜੀ, ਸੇਵਾ ਦਾ ਮੌਕਾ ਮਿਲਣਾ ਚਾਹੀਦਾ, ਇਹ ਜ਼ਰੂਰੀ ਹੈ, ਆਬੋ ਹਵਾ ਜ਼ਰੂਰੀ ਹੈ। ਬਾਬਾ ਜੀ ਵੀ ਇਹੀ ਕਹਿੰਦੇ ਰਹੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਅਤੇ ਇਹ ਸਾਰਿਆਂ ਦੇ ਵੱਲ ਗੌਰ ਕਰਨ ਦੀ ਲੋੜ ਹੈ। ਜੇ ਗੁਰੂ ਸਾਹਿਬ ਇਹ ਸੰਦੇਸ਼ ਦੇ ਰਹੇ ਨੇ ਤਾਂ ਜ਼ਰੂਰੀ ਇਹੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ ਅਪਣਾਉਣਾ ਚਾਹੀਦਾ, ਅਪਣਾਉਣਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬ ਦੀ ਜੋ ਬਾਣੀ ਹੈ ਉਹ ਸਾਰਥਕ ਜਿਹੜੀ ਆ ਸਾਬਤ ਹੋ ਸਕੇ, ਅਤੇ ਗੁਰੂ ਸਾਹਿਬ ਨੂੰ ਵੀ ਇਹ ਸੰਦੇਸ਼ ਆਵੇ ਕਿ ਜੋ ਉਹਨਾਂ ਦੇ ਸਿੱਖ ਨੇ, ਉਹਨਾਂ ਦੇ ਮੰਨਣ ਵਾਲੇ ਦੇ ਨਾਨਕ ਨਾਮ ਲੇਵਾ ਨੇ, ਉਹਨਾਂ ਦੇ ਕਈ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮੂਲ ਰੂਪ ਦੇ ਵਿੱਚ ਲਾਗੂ ਵੀ ਕਰ ਰਹੇ ਨੇ। ਅਤੇ ਇਸ ਵੇਲੇ ਤਸਵੀਰਾਂ ਤੁਹਾਨੂੰ ਵਖੇਰਿਆਂ ਵੇਈ ਨੇ ਦੀਆਂ, ਜਿੱਥੇ ਕਿ ਸੰਗਤ ਜਿਹੜੀ ਆ ਕੇ ਜੀ ਇਸ ਪਵਿੱਤਰ ਵੇਈ ਨੂੰ ਜਿਹੜਾ ਹੈ ਉਸਨੂੰ ਆਪਣੇ ਨਾਲ ਲਿਜਾ ਰਹੀ ਹੈ ਅਤੇ ਨਾਲ ਦੀ ਨਾਲ ਉਸਦਾ ਸਰਵਣ ਵੀ ਕਰ ਰਹੀ ਹੈ। ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਅਤੇ ਨਾਲ ਦੀ ਨਾਲ ਸੇਵਾ ਦਾ ਕੰਮ ਵੀ ਜਿਹੜਾ ਹੈ ਪਵਿੱਤਰ ਵੇਈ ਦੇ ਉੱਤੇ ਲਗਾਤਾਰ ਕੀਤਾ ਜਾ ਰਿਹਾ ਹੈ। ਬਾਬਾ ਜੀ ਨਾਲ ਨਾਲ ਉਚਾਰਨ ਕਰ ਰਹੇ ਨੇ ਬਾਣੀ ਦਾ, ਅਤੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇਸ ਵਾਲੇ ਗੱਲ ਵੀ ਕਰ ਦਿਓ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਦੱਸੋ ਕਿ ਪਵਿੱਤਰ ਵੇਈ ਦੀ ਸੇਵਾ ਨੂੰ ਲੈ ਕੇ ਕੀ ਕੁਝ ਚੱਲ ਰਿਹਾ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ? ਬਾਬਾ ਜੀ ਸੇਵਾ ਕਰਾ ਰਹੇ ਨੇ ਜੀ ਸੱਚੇ ਵਾਲੇ ਜੀ। ਹਾਂਜੀ, ਬਹੁਤ ਮਨ ਤਨ ਨਾਲ ਸੇਵਾ ਕਰ ਰਹੀ ਹੈ ਸੰਗਤਾਂ ਬਹੁਤ ਜੀ। ਸੰਗਤ ਇੱਥੇ ਆ ਰਹੀ ਹੈ ਜੀ, ਕਿਸ ਤਰੀਕੇ ਨਾਲ ਸੰਗਤ ਕੀ ਕਹਿ ਰਹੀ ਹੈ ਅਤੇ ਸੇਵਾ ਲੈ ਰਹੀ ਹੈ? ਸੇਵਾ ਬਹੁਤ ਵਧੀਆ ਮੰਨਦੀ ਹੈ ਸਰ, ਪਵਿੱਤਰ ਬਾਬਾ ਜੀ ਦੇ ਵੀ ਬਹੁਤ ਵੱਡੀ ਸੇਵਾ ਜੀ, ਇਹਨਾਂ ਨੇ ਮਹਾਨ ਸੇਵਾ ਕਰੀ ਹੈ, ਬੇਈ ਨਦੀ ਦੀ ਸਾਰੀ ਸਫਾਈ ਕਰਾਈ ਹੈ ਜੀ, ਸਾਰੇ ਸੇਵਾਦਾਰ ਤਨ ਮਨ ਲਾ ਕੇ ਸੇਵਾ ਕਰ ਰਹੇ ਨੇ ਜੀ। ਦੱਸੋ ਥੋੜ੍ਹਾ ਜਿਹਾ ਪਵਿੱਤਰ ਬਾਈ ਦਾ, ਜਦੋਂ ਬਾਬਾ ਜੀ ਨੇ ਸ਼ੁਰੂਆਤ ਕੀਤੀ ਸੀ ਪਹਿਲਾਂ, ਉਸ ਤੋਂ ਪਹਿਲਾਂ ਕੀ ਹਾਲ ਸੀ ਅਤੇ ਉਸ ਤੋਂ ਬਾਅਦ ਕਿਵੇਂ ਹੁਣ ਸੁਧਾਰ, ਕਿੰਨਾ ਕੁ ਸੁਧਾਰ ਹੋ ਗਿਆ? ਹੁਣ ਤਾਂ ਬਹੁਤ ਸੁਧਾਰ ਹੋ ਗਿਆ ਜੀ, ਪਹਿਲਾਂ ਤਾਂ ਇਹ ਬਿਲਕੁਲ ਗੰਦ ਨਾਲ ਭਰੇ ਪਏ ਤੇ ਸਾਰਾ ਜੀ, ਪਿੱਛੋਂ ਸਾਰਾ ਆਉਂਦਾ ਆਪਣਾ ਨਦੀਆਂ ਦਾ, ਆਪਣਾ ਫੈਕਟਰੀਆਂ ਦਾ ਜੀ ਕਬਾੜ ਜੀ, ਇਹ ਤਾਂ ਬਹੁਤ ਜਾ ਕੇ ਪੱਕੀ ਕਰਾ ਕੇ ਹਵਾਲੇ ਦਾ ਸਫਾਈ ਕਰਾ ਕੇ ਜੀ, ਬਹੁਤ ਅੰਦਰੋਂ ਆਹ ਸੇਵਾ ਦਾ ਹਰ ਟਾਈਮ ਲੱਗੇ ਰਹਿੰਦੇ ਨੇ ਜੀ। ਹਾਂਜੀ, ਬਹੁਤ ਇਹ 2001 ਤੋਂ ਇਹਨਾਂ ਨੇ ਸ਼ੁਰੂ ਕੀਤੀ ਹੈ ਜੀ ਸੇਵਾ,
ਬਹੁਤ ਜਦੋਜਹਿਦ ਨਾਲ ਜਿਹੜੇ ਪਾਣੀ ਜਿਹੜੇ ਗੰਦੇ ਪੈਂਦੇ ਸੀ ਉਹ ਬੰਦ ਕਰਵਾਏ ਆ ਨਾਲੇ ਤੇ ਬਹੁਤ ਇਹਨਾਂ ਨੇ ਆਪਣੇ ਤਨੋਂ ਮਨੋਂ ਸੇਵਾ ਕਰਕੇ ਬਾਬੇ ਨਾਨਕ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਜੀ। ਬਾਬਾ ਨਾਨਕ ਜੀ ਦਾ ਸੰਦੇਸ਼ ਇਹੀ ਸੀ ਜੀ, ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਸਾਰਾ ਜਗਤ ਤਾਂ ਹੀ ਖੇਡੂਗਾ ਜੇ ਇਹ ਪਾਣੀ ਹਵਾ ਧਰਤੀ ਆਪਣੀ ਸਾਫ਼ ਵਾਤਾਵਰਨ ਹੋਵੇਗਾ। ਵੱਧ ਤੋਂ ਵੱਧ ਰੁੱਖ ਲਗਾਉਣ ਵਾਸਤੇ ਬਾਬਾ ਜੀ ਕਹਿ ਰਹੇ ਨੇ, ਲਗਾ ਰਹੇ ਹਾਂ ਅਸੀਂ ਆਪ, ਵੱਧ ਤੋਂ ਵੱਧ ਪਾਣੀ ਹੈ ਸਾਫ਼ ਕਰਿਆ ਜਾ ਰਿਹਾ ਨਦੀਆਂ ਦਾ, ਵੱਧ ਤੋਂ ਵੱਧ ਧਰਤੀ 'ਤੇ ਪਵਿੱਤਰਤਾ, ਆਹ ਕੂੜਾ ਕਰਕਟ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਨੇ, ਆਪ ਖੁਦ ਕਰਦੇ ਨੇ ਬਾਬਾ ਜੀ। ਇਹਨਾਂ ਨੇ ਇਸ ਏਰੀਏ 'ਚ ਸੜਕਾਂ ਦਾ ਜਿਹੜਾ ਸੁਧਾਰ ਬਹੁਤ ਜ਼ਿਆਦਾ ਕੀਤਾ ਅਤੇ ਟ੍ਰੀਟਮੈਂਟ ਪਲਾਂਟ ਅਤੇ ਪਿੰਡਾਂ ਵਿੱਚ ਸੀਵਰੇਜ ਦਾ ਵੀ ਬਹੁਤ ਇਹਨਾਂ ਨੇ ਮਤਲਬ ਇਹਨਾਂ ਦਾ ਪਰਉਪਕਾਰ ਆ, ਬਹੁਤ ਸਾਰੇ ਪਿੰਡ ਜਿਹੜੇ ਆ ਉਹ ਸੀਵਰੇਜ ਪਾਏ ਇਹਨਾਂ ਨੇ ਜੀ। ਨਦੀ ਨਹੀਂ ਜੀ ਜਾਣੀ, ਹਰ ਜਗ੍ਹਾ ਪਿੰਡਾਂ 'ਚ ਜਾ ਕੇ ਵੀ ਆਪਾਂ ਵੱਧ ਤੋਂ ਵੱਧ ਗੰਦੇ ਪਾਣੀ ਦਾ ਨਿਕਾਸ, ਵੱਧ ਤੋਂ ਵੱਧ ਬੂਟੇ ਲਗਾਉਣੇ, ਵੱਧ ਤੋਂ ਵੱਧ ਹਵਾ ਨੂੰ ਵਾਤਾਵਰਨ ਨੂੰ ਕਿਵੇਂ ਪਰਾਲੀ ਸਾੜਨ ਜਾਵੇ, ਕਿਸ ਤਰ੍ਹਾਂ ਦੀ ਪਵਿੱਤਰਤਾ ਵੀ ਕਿਵੇਂ ਵੀ ਆ ਸਕਦੀ ਹੈ ਦੇਸ਼ 'ਚ, ਵੱਧ ਤੋਂ ਵੱਧ ਇਸ ਸਵੱਛ ਭਾਰਤ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ ਬਾਬਾ ਜੀ ਦਾ। ਇੱਕ ਤੁਸੀਂ ਇਹ ਦੱਸੋ ਕਿ ਬੜੀ ਚੁਣੌਤੀ ਹੈ ਪੰਜਾਬ ਵਾਸਤੇ, ਭਾਵੇਂ ਸਾਡਾ ਪਾਣੀ ਹੋਵੇ, ਸਾਡਾ ਆਲਾ ਦੁਆਲਾ ਹੋਵੇ, ਸਾਡੀ ਹਵਾ ਹੋਵੇ, ਉਹ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਅਤੇ ਬਾਬਾ ਜੀ ਦਾ ਇਹ ਇੱਕ ਸੰਦੇਸ਼ ਹੈ ਲੋਕਾਂ ਦੇ ਵੱਲ, ਤੁਹਾਨੂੰ ਲੱਗਦਾ ਕਿ ਇਹ ਵੱਡੀ ਚੁਣੌਤੀ ਹੈ ਅਤੇ ਇਹ ਬਾਬਾ ਜੀ ਵਾਂਗੂ ਸਾਰਿਆਂ ਨੂੰ ਬਾਬਾ ਜੀ ਤੋਂ ਪ੍ਰੇਰਣਾ ਲੈਣੀ ਚਾਹੀਦੀ? ਹਾਂਜੀ ਇਹ ਤਾਂ ਹੈ ਜੀ, ਇਹ ਹੈ ਜੀ, ਇਹ ਸਾਰੀਆਂ ਸੰਗਤਾਂ ਦਾ ਸਹਿਯੋਗ ਹੋਊਗਾ ਤਾਂ ਫਿਰ ਤਾਂ ਹੀ ਇਹ ਸਿਰੇ ਆ ਜੀ। ਬਹੁਤ ਅੱਗੇ ਨਾਲੋਂ ਇਹ ਬਹੁਤ ਜ਼ਿਆਦਾ ਪਵਿੱਤਰ ਹੋ ਗਈ ਹੈ, ਲੋਕ ਇਸ਼ਨਾਨ ਕਰਦੇ ਇਹਦੇ ਵਿੱਚ ਅਤੇ ਜਲ ਦਾ ਚੂੜਾ ਲੈਂਦੇ ਨੇ ਅਤੇ ਆਪਣਾ ਜੀਵਨ ਸਫਲਾ ਕਰਦੇ ਆ ਜੀ। ਪੰਜਾਬ 'ਚ ਕੀ ਲੱਗਦਾ, ਪੰਜਾਬ 'ਚ ਕੀ ਹਾਲ ਹੈ ਵਾਤਾਵਰਨ ਵਾਲੇ? ਵਾਤਾਵਰਨ ਦਾ ਬਹੁਤ ਬੁਰਾ ਹਾਲ ਹੈ ਜੀ, ਦੇਖੋ ਬਾਹਰਲੇ ਦੇਸ਼ਾਂ 'ਚ ਇਹੀ ਵੱਡਾ ਕੰਮ ਹੈ, ਸਭ ਤੋਂ ਇੱਕ ਇੱਕ ਬੰਦਾ ਸਫਾਈ ਦਾ ਧਿਆਨ ਉਹਨਾਂ ਦਾ, ਆਪਣਾ ਜੇ ਇੱਕ ਇੱਕ ਬੱਚੇ ਦਾ ਧਿਆਨ ਹੋ ਜਾਵੇ ਸਫਾਈ ਦਾ, ਆਪਣਾ ਆਲਾ ਦੁਆਲਾ ਘਰ ਇੱਕ ਗਵਾਂਢੀ ਦਾ ਘਰ ਵੀ ਸੰਭਰ ਲਾਂਗੇ, ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ। ਮੈਂ ਖੁਦ ਕਰਦਾ ਇਹ ਕੰਮ, 3 ਗਵਾਂਢੀਆਂ ਦਾ ਘਰ ਸਾਫ਼ ਕਰਦਾ ਬਾਹਰੋਂ, ਮੇਰੇ ਪਿੰਡ 'ਚ ਜਾ ਕੇ ਕਦੇ ਤੁਸੀਂ ਮਤਲਬ ਪਤਾ ਕਰ ਲਿਓ, ਮਤਲਬ ਜ਼ਿੰਦਗੀ ਦਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਫਰੀ, ਕਦੇ ਆਪਾਂ ਨੇ 1 ਰੁਪਈਆ ਲਿਆ ਨਾ ਇੱਥੇ ਲਈਏ ਬਾਬਾ ਜੀ ਤੋਂ ਚਾਹ ਵੀ ਨਹੀਂ ਪੀਂਦੇ ਆਪਾਂ, ਮਤਲਬ ਗੱਲ ਮੁਕਾਓ। ਮਤਲਬ ਇਹਨਾਂ ਦੇ ਸੇਵਾਦਾਰ ਇਹੋ ਜਿਹੇ ਨੇ ਜਿਹੜੇ ਮਤਲਬ ਬਿਨਾਂ ਉੱਚੇ ਉੱਠ ਕੇ ਉਸ ਤੋਂ ਨਿਸ਼ਕਾਮ ਸੇਵਾ ਕਰਨ ਵਾਲੇ ਨੇ। ਅੱਛਾ ਇੱਕ ਗੱਲ ਦੱਸੋ ਕਿ ਸਰਕਾਰਾਂ ਬੜਾ ਰੌਲਾ ਪਾਉਂਦੀਆਂ ਨੇ ਆਲੇ ਦੁਆਲੇ ਦਾ, ਤੁਹਾਨੂੰ ਲੱਗਦਾ ਕਿ ਕਿੰਨੀ ਕੁ ਹੱਦ ਤੱਕ ਸਰਕਾਰਾਂ ਹੈਗੀਆਂ ਜਾਂ ਸਿਰਫ ਦਿਖਾਵਾ ਹੀ ਕਰਦੀਆਂ? ਚਲੋ ਜੀ ਇਸ ਤਰ੍ਹਾਂ ਹੈ ਨਾ, ਜੇ ਆਪਾਂ ਸਾਰਾ ਸਮਾਜ ਸਰਕਾਰਾਂ ਦਾ ਸਾਥ ਦੇਊਗਾ ਫਿਰ ਇਹ ਸਰਕਾਰਾਂ ਕਾਮਯਾਬ ਹੋਣਗੀਆਂ। ਮੰਨ ਲਓ ਰੋਡ ਬਣਾ ਗਈ ਗੌਰਮੈਂਟ, ਉਹਦੇ ਆਲੇ ਦੁਆਲੇ ਮਿੱਟੀ ਦਾ ਗਵਾਂਢੀ ਵੀ ਲਾ ਸਕਦੇ ਨੇ, ਜਿਹਦੇ ਅੱਗੇ ਰੋਡ ਬਣ ਗਿਆ ਮੰਨ ਲਓ, ਉਹਦੇ ਮਿੱਟੀ ਪਾਉਣ ਵਾਲੀ ਟਰਾਲੀ ਉਹ ਤਾਂ ਆਪਾਂ ਵੀ ਪਾ ਸਕਦੇ ਹਾਂ। ਆਪਾਂ ਤਾਂ ਕਹਿੰਦੇ ਵੀ ਸਾਰੀ ਸਰਪੰਚ ਬਣ ਗਿਆ ਜਿਹੜਾ ਉਹ ਵੀ ਮੇਰਾ ਗੰਦ ਉਹੀ ਚੱਕੇ, ਜੇ ਆਪਾਂ ਬਹੁਤ ਸਾਥ ਦੇਈਏ, ਕੁਛ ਉਹਨਾਂ ਦੀਆਂ ਕਮੀਆਂ ਨੇ ਕੁਛ ਸਾਡੀਆਂ ਕਮੀਆਂ ਨੇ, ਜੇ ਆਪਾਂ ਰਲ ਮਿਲ ਕੇ ਚੱਲੀਏ ਇਸ ਦੇਸ਼ ਨੂੰ ਮਹਾਨ ਬਣਾ ਸਕਦੇ ਹਾਂ। ਬਿਲਕੁਲ ਜੀ, ਆਲਾ ਦੁਆਲਾ ਸਭ ਦੇ ਲਈ ਹੈ, ਹਵਾ ਸਭ ਲਈ ਹੈ, ਪਾਣੀ ਸਭ ਦੇ ਲਈ ਹੈ, ਤਾਂ ਜ਼ਿੰਮੇਵਾਰੀ ਵੀ ਸਭ ਦੀ ਬਣਦੀ ਹੈ। ਹੋਰ ਲੋਕ ਸਾਡੇ ਨਾਲ ਮੌਜੂਦ ਨੇ, ਕਿੱਥੋਂ ਆਏ ਜੀ ਤੁਸੀਂ? ਬਿਲਕੁਲ, ਸਾਰਿਆਂ ਨੂੰ ਪੋਲੀਟੀਕਲ ਵੀ ਤੇ ਆਮ ਸਮਾਜ ਨੂੰ, ਸਾਰੇ ਇੱਕ ਬੰਦੇ ਨੂੰ ਬਾਬਾ ਜੀ ਕੋਲ ਸੇਧ ਲੈਣ ਦੀ ਲੋੜ ਹੈ। ਇਹ ਪਾਣੀ ਭਾਵੇਂ ਤੁਹਾਡੇ ਘਰ ਦਾ ਹੋਵੇ, ਭਾਵੇਂ ਤੁਹਾਡੇ ਦਫ਼ਤਰ ਦਾ ਹੋਵੇ, ਇਹਨੂੰ ਵੇਸਟ ਨਹੀਂ ਹੈ, ਇਹੀ ਕੱਲ ਆ। ਤੁਹਾਨੂੰ ਲੱਗਦਾ ਕਿ ਅਸੀਂ ਆਪਣਾ ਆਲਾ ਦੁਆਲਾ ਗੰਦਲਾ ਕਰ ਰਹੇ ਹਾਂ ਜੀ, ਸਾਨੂੰ ਸਿੱਖਣ ਦੀ ਲੋੜ ਹੈ? ਹਾਂਜੀ, ਚਾਹੀਦਾ ਜੀ, ਆਲਾ ਦੁਆਲਾ ਪੂਰਾ ਸਾਫ਼ ਕਰਨ ਰੱਖਣਾ ਚਾਹੀਦਾ ਜੀ, ਜਿਵੇਂ ਆਲਾ ਦੁਆਲਾ ਸਾਫ਼ ਰਹੋ ਤਾਂ ਹਮੇ ਸਾਫ਼ ਸੁਥਰੇ ਰਹਾਂਗੇ ਜੀ, ਬਿਮਾਰੀਆਂ ਤੋਂ ਬਚਾਂਗੇ ਜੀ। ਤੁਸੀਂ ਮੰਨਦੇ ਹੋ ਪੰਜਾਬ 'ਚੋਂ ਪਾਣੀ ਵੀ ਕਹਿੰਦੇ ਮੁੱਕ ਰਿਹਾ ਹੌਲੀ ਹੌਲੀ, ਜੇ ਅਸੀਂ ਇਸੇ ਤਰੀਕੇ ਲੱਗੇ ਰਹੇ ਤਾਂ ਇਹਦੇ ਪਾਸੇ ਲੋਕਾਂ ਨੂੰ ਜਾਗਣਾ ਚਾਹੀਦਾ, ਲੋਕਾਂ ਨੂੰ ਅੱਗੇ ਆਉਣਾ ਚਾਹੀਦਾ? ਹਾਂਜੀ, ਜਾਗਣਾ ਚਾਹੀਦਾ ਜੀ, ਪਾਣੀ ਇਸ ਤਰ੍ਹਾਂ ਅਗਲੀ ਪੀੜ੍ਹੀ ਵਾਸਤੇ ਬਹੁਤ ਮੁਸ਼ਕਿਲ ਹੋ ਗਿਆ ਜੀ, ਜੇ ਪਾਣੀ ਖਤਮ ਹੋ ਗਿਆ ਤਾਂ ਬਹੁਤ ਮੁਸ਼ਕਿਲ ਹੋ ਗਈ ਅਗਲੀ ਪੀੜ੍ਹੀ ਵਾਸਤੇ ਜੀ। ਬਿਲਕੁਲ ਜੀ, ਬਾਬਾ ਜੀ ਦਾ ਇਹੀ ਸੰਦੇਸ਼ ਹੈ, ਜਿਸ ਤਰੀਕੇ ਨਾਲ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਜ਼ਰੀਏ ਆਪਣਾ ਕਰਮ ਵੀ ਕਰ ਰਹੇ ਨੇ ਅਤੇ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਨੇ, ਅਤੇ ਇੱਕ ਸਭ ਤੋਂ ਵੱਡੀ ਉਦਾਹਰਨ ਹੈ ਉਹਨਾਂ ਲੋਕਾਂ ਦੇ ਲਈ ਜੋ ਆਲੇ ਦੁਆਲੇ ਨੂੰ ਲੈ ਕੇ ਹਾਲੇ ਤੱਕ ਬੇਫਿਕਰ ਨੇ, ਉਹਨਾਂ ਦੀ ਸਮਝ ਵਿੱਚ ਗੱਲਾਂ ਸ਼ਾਇਦ ਨਹੀਂ ਆ ਰਹੀਆਂ। ਇਹ ਵੀ ਗੱਲ ਜੋ ਅਸੀਂ ਗੱਲ ਕੀਤੀ ਹੈ ਇੱਥੇ ਸੰਗਤ ਦੇ ਨਾਲ, ਉਹਨਾਂ ਇਹ ਕਹਿਣਾ ਹੈ ਕਿ ਸਰਕਾਰਾਂ 'ਤੇ ਬਹੁਤਾ ਨਿਰਭਰ ਰਹਿਣ ਦੀ ਲੋੜ ਨਹੀਂ ਹੈ, ਸਾਡੀ ਵੀ ਜ਼ਿੰਮੇਵਾਰੀ ਹੈ, ਅਸੀਂ ਆਲੇ ਦੁਆਲੇ ਨੂੰ ਸਾਂਭਣਾ ਹੈ, ਹਵਾ ਪਾਣੀ ਸਭ ਦੇ ਲਈ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜੇਕਰ ਅਸੀਂ ਇਸ ਤਰ੍ਹਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸਾਨੂੰ ਜੇ ਅਸੀਂ ਇਸ ਤਰ੍ਹਾਂ ਸੁੱਤੇ ਪਏ ਰਹੇ ਜੀ, ਕਿਉਂਕਿ ਕੈਂਸਰ ਵਰਗੀਆਂ ਬਿਮਾਰੀਆਂ ਇਹ ਤਾਂ ਇਸ ਵਾਤਾਵਰਨ ਨੂੰ ਲੈ ਕੇ ਆ ਰਹੀਆਂ ਨੇ। ਵੱਧ ਤੋਂ ਵੱਧ ਆਪਾਂ ਘੱਟੋ ਤੋਂ ਘੱਟ ਸਪਰੇ ਕਰੀਏ ਇਸ ਫਸਲਾਂ 'ਤੇ, ਘੱਟ ਤੋਂ ਘੱਟ ਆਪਾਂ ਪਰਾਲੀ ਜੇ ਮੰਨ ਲਓ ਸਰਕਾਰਾਂ ਕਹਿੰਦੀਆਂ ਨੇ ਵੀ ਤੁਸੀਂ ਪਰਾਲੀ ਬਿਲਕੁਲ ਨਹੀਂ ਜਲਾਉਣੀ, ਉੱਪਰਲਾ ਗਾਹੜ ਜਿਹਾ ਜਲਾ ਕੇ ਥੋੜ੍ਹੀ ਜਿਹੀ ਧੁੱਪ ਲਵਾ ਕੇ ਅੱਧੇ ਸਮੇਂ 'ਚ ਪਰਾਲੀ ਸੜ ਜਾਂਦੀ ਹੈ, ਥੋੜ੍ਹਾ ਜਿਹਾ ਅਸੀਂ ਸਹਿਯੋਗ ਦਈਏ ਜੇ ਫਿਰ ਸਰਕਾਰਾਂ ਵੀ ਬਹੁਤ ਵੱਡੇ ਵੱਡੇ ਉਪਰਾਲੇ ਕਰ ਸਕਦੀਆਂ ਨੇ। ਆਪਾਂ ਨੂੰ ਸਿਖਾਉਣ ਦੀ ਲੋੜ ਹੈ ਉਹਨਾਂ ਨੂੰ, ਆਪਾਂ ਸਬਕ ਸਿਖਾਵਾਂਗੇ ਜ਼ਿਆਦਾ ਉਹ ਵੀ ਫਿਰ
ਉਹਨਾਂ ਨੂੰ ਵੀ ਜਾਗਣਾ ਪਊਗਾ। ਜੇ ਜੇ ਲੋਕ ਅੱਗੇ ਵਧਣਗੇ ਤਾਂ ਸਰਕਾਰਾਂ ਵੀ ਸ਼ਾਇਦ ਉਸੇ ਤਰੀਕੇ ਨਾਲ ਅਕੜਵੇਂ ਕਦਮ ਚੜ੍ਹਨ ਦੇ ਅੱਗੇ ਵਧਾਉਣਗੀਆਂ। ਅਤੇ ਫਿਲਹਾਲ ਸਾਡੇ ਵੱਲੋਂ ਵੀ ਅਸੀਂ ਇਹੀ ਕਹਾਂਗੇ ਕਿ ਇਸ ਚੀਜ਼ ਦੇ ਵਿੱਚ ਜਿੱਥੇ ਬਾਬਾ ਜੀ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਉੱਥੇ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਵੀ ਅਸੀਂ ਇਸੇ ਤਰੀਕੇ ਕਰ ਸਕਦੇ ਹਾਂ। ਅਤੇ ਇਹ ਦੱਸ ਸਕਦੇ ਹਾਂ ਕਿ ਅਸੀਂ ਗੁਰੂ ਸਾਹਿਬ ਨੂੰ ਜੇਕਰ ਪੜ੍ਹਿਆ, ਇਹਨਾਂ ਦੀ ਬਾਣੀ ਨੂੰ ਪੜ੍ਹਿਆ ਹੈ ਤਾਂ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਅਪਣਾ ਵੀ ਰਹੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬ ਬੋਲਦਾ ਜੀ ਤੁਹਾਡਾ ਸਵਾਗਤ ਹੈ ਜੀ। ਅਤੇ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੇ ਹੋਏ ਸੀ, ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਅਸੀਂ ਮੌਜੂਦ ਹਾਂ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸੰਗਤ ਜਿਹੜੀ ਹੈ ਲਗਾਤਾਰ ਇੱਥੇ ਸੇਵਾ ਕਰ ਰਹੀ ਹੈ। ਤਸਵੀਰਾਂ ਅਸੀਂ ਤੁਹਾਨੂੰ ਵਿਖਾ ਦਈਏ, ਲੰਗਰ ਹਾਲ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇਹਨਾਂ ਦੇ ਵਿੱਚ ਲੰਗਰਾਂ ਦੇ ਵਿੱਚ ਸੇਵਾ ਜਿਹੜੀ ਹੈ ਸੰਗਤ ਦੇ ਵੱਲੋਂ ਪਾਈ ਜਾ ਰਹੀ ਹੈ। ਅਤੇ ਇਸੇ ਦੇ ਨਾਲ ਨਾਲ ਇੱਕ ਸੇਵਾ ਦਾ ਕਨਸੈਪਟ ਜਿਹੜਾ ਹੈ ਸਿੱਖ ਧਰਮ ਦੇ ਵਿੱਚ ਅਹਿਮ ਸੰਦੇਸ਼ਾਂ ਦੇ ਵਿੱਚ ਆਉਂਦਾ ਹੈ ਕਿ ਸੇਵਾ ਜ਼ਰੂਰੀ ਹੈ। ਸੇਵਾ ਦੇ ਨਾਲ ਨਾਲ ਜਿਹੜਾ ਹੈ ਤੁਹਾਨੂੰ ਗੁਰੂ ਦੀ ਪਿਆਰ ਪ੍ਰੇਮ ਜਿਹੜਾ ਹੈ ਪ੍ਰਾਪਤ ਹੋਏਗਾ ਗੁਰੂ ਦੀ ਸੇਵਾ ਦੇ ਨਾਲ। ਅਤੇ ਇਸ ਵੇਲੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਜਿਹੜੇ ਲੋਕ ਨੇ, ਸੰਗਤ ਹੈ ਦੂਰੋਂ ਦੂਰੋਂ ਆਈ ਹੋਈ ਸੰਗਤ, ਉਹ ਇਸ ਵੇਲੇ ਸੇਵਾ ਜਿਹੜੀ ਹੈ ਆਪਣੀ ਇੱਥੇ ਨਿਭਾ ਰਹੀ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਸੰਗਤ ਵਧੀਆ ਪ੍ਰਾਪਤ ਕਰ ਰਹੀ ਹੈ। ਬਜ਼ੁਰਗ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਖਾਸ ਤੌਰ 'ਤੇ ਮੌਜੂਦ ਨੇ ਜਿਹੜੇ ਨੇ ਇੱਥੇ ਇਸ ਸੇਵਾ ਦੇ ਵਿੱਚ ਸ਼ਾਮਿਲ ਹੋਏ ਨੇ। ਅਤੇ 550ਵੇਂ ਪ੍ਰਕਾਸ਼ ਪੁਰਬ ਦਾ ਮੌਕਾ ਹੈ, ਸੇਵਾ ਉਹ ਆਪਣੀ ਪੂਰੀ ਕਰ ਰਹੇ ਨੇ ਅਤੇ ਇਸ ਸੇਵਾ ਦੇ ਜ਼ਰੀਏ ਕਿਸ ਤਰੀਕੇ ਦੀ ਖੁਸ਼ੀ ਉਹਨਾਂ ਦੇ ਮਨ ਨੂੰ ਪਹੁੰਚ ਰਹੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਬੀਬੀ ਜੀ ਕਿੱਥੋਂ ਆਏ ਹੋ ਤੁਸੀਂ? ਅਸੀਂ ਇੰਗਲੈਂਡ ਤੋਂ ਆਏ ਹਾਂ। ਇੰਗਲੈਂਡ ਤੋਂ ਆਏ ਹੋ, ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਤੁਸੀਂ ਸੇਵਾ ਕਰਨ ਦਾ ਮੌਕਾ ਮਿਲਿਆ? ਬਹੁਤ ਆਨੰਦ ਹੋ ਰਿਹਾ ਹੈ, ਅਸੀਂ ਦੱਸ ਨਹੀਂ ਸਕਦੇ ਕਿੰਨਾ ਆਨੰਦ ਹੋ ਰਿਹਾ। ਵਾਹਿਗੁਰੂ ਦੀ ਕਿਰਪਾ ਸਾਰੇ ਸੰਸਾਰ 'ਤੇ, ਵਾਹਿਗੁਰੂ ਆਪਣੀ ਮਿਹਰ ਰੱਖਣ। ਇੱਕ ਬਾਬਾ ਜੀ ਨੇ ਕਿਹਾ ਸੀ ਆਲਾ ਦੁਆਲਾ ਸਾਫ਼ ਰੱਖਣਾ ਜ਼ਰੂਰੀ ਹੈ, ਬੜਾ ਸੰਦੇਸ਼ ਦਿੱਤਾ ਸੀ, ਤੁਹਾਨੂੰ ਲੱਗਦਾ ਕਿ ਜ਼ਰੂਰਤ ਹੈ ਲੋਕਾਂ ਨੂੰ ਸਮਝਣ ਦੀ? ਇਹ ਅਕਸਰੀ ਆਲਾ ਦੁਆਲਾ ਕਿ ਅੰਦਰ ਆਪਣਾ ਮਨ ਵੀ ਸਾਫ਼ ਰੱਖਣਾ ਚਾਹੀਦਾ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦਾ। ਠੀਕ ਹੈ ਜੀ, ਬਸ ਵਾਹਿਗੁਰੂ ਜੀ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਵੀ ਯੂਕੇ ਤੋਂ ਆਏ। ਕੀ ਕਹਿਣਾ ਚਾਹੋਗੇ, ਤੁਹਾਨੂੰ ਸੇਵਾ ਦਾ ਮੌਕਾ ਮਿਲਿਆ, ਤੁਸੀਂ ਆਏ ਹੋ? ਅਸੀਂ ਧੰਨ ਹੋ ਗਏ, ਬਸ ਧੰਨ ਹੋ ਗਏ। ਹੋਰ ਤੁਸੀਂ ਕਹਿ ਨਹੀਂ ਸਕਦੇ ਕਿ ਅਸੀਂ ਕਿੰਨੇ ਲੱਕੀ ਆਏ ਇੱਥੇ ਹਾਂ ਅਸੀਂ ਅੱਜ। ਇੱਕ ਗੁਰੂ ਸਾਹਿਬ ਦਾ ਅਸੀਂ ਗੱਲ ਕਰ ਰਹੇ ਸੀ ਕਿ ਆਲੇ ਦੁਆਲੇ ਨੂੰ ਸਾਫ਼ ਰੱਖਣ ਦਾ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਹੋਇਆ, ਤੁਹਾਨੂੰ ਲੱਗਦਾ ਕਿ ਇਸ ਪਾਸੇ ਗੌਰ ਕਰਨਾ ਚਾਹੀਦਾ, ਆਪਣਾ ਆਲਾ ਦੁਆਲਾ ਸਭ ਕੁਝ ਸਾਫ਼ ਰੱਖਣਾ ਚਾਹੀਦਾ, ਪਾਣੀ ਹਵਾ? ਹਾਂਜੀ ਜ਼ਰੂਰ ਜ਼ਰੂਰ, ਹੌਲੀ ਹੌਲੀ ਸਭ ਕੁਝ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਹੋ ਜਾਣਗੇ। ਤੁਸੀਂ ਕਿੱਥੋਂ ਆਏ ਹੋ? ਹਾਂਜੀ ਅਸੀਂ ਗੁਰਦੁਆਰਾ। ਕੀ ਕਹਿਣਾ ਚਾਹੋਗੇ, ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਜਿਹੜੇ ਆ ਕੇ? ਸਾਡੇ ਪੂਰਨ ਭਾਰ ਸਾਨੂੰ ਸੇਵਾ ਮਿਲੀ ਹੈ, ਖੁਸ਼ੀ ਲੱਗ ਰਹੀ ਹੈ, ਮਨ ਨੂੰ ਅੱਛਾ ਲੱਗ ਰਿਹਾ? ਬਹੁਤ ਜ਼ਿਆਦਾ ਖੁਸ਼ੀ, ਅਸੀਂ ਕੋਟ ਕੋਟ ਧੰਨਵਾਦ ਅਕਾਲ ਪੁਰਖ ਦਾ ਕਰਦੇ ਹਾਂ, ਸਾਨੂੰ ਖੁਸ਼ੀ ਦਾ ਮੌਕਾ ਮਿਲਿਆ ਸੇਵਾ। ਬਾਬਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਕਿੱਥੋਂ ਆਏ ਹੋ ਜੀ? ਕਿੱਥੋਂ ਆਏ ਬਾਬਾ ਜੀ? ਹਾਂਜੀ ਇੰਗਲੈਂਡ ਤੋਂ ਆਇਆ ਜੀ। ਅਤੇ ਕਿਸ ਤਰੀਕੇ ਲੱਗ ਰਿਹਾ ਤੁਸੀਂ ਸੇਵਾ ਨਿਭਾ ਰਹੇ ਹੋ ਇੱਥੇ ਆ ਕੇ? ਤੁਸੀਂ ਸੇਵਾ ਸਫਲ ਹੈ ਜੇ ਕਦੇ ਮਨ ਰੱਖ ਕੇ। 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਕਰਤਾਰਪੁਰ ਦਾ ਲਾਂਘਾ ਵੀ ਖੁੱਲ ਰਿਹਾ ਜੀ, ਕਿੰਨੀ ਖੁਸ਼ੀ ਹੈ ਮਨ? ਬਹੁਤ ਖੁਸ਼ੀ, ਬਹੁਤ ਬੇਅੰਤ ਖੁਸ਼ੀ, ਬੇਅੰਤ ਬੇਅੰਤ ਖੁਸ਼ੀ। ਇੱਕ ਬਾਬੇ ਨਾਨਕ ਦਾ ਆਪਣੇ ਆਲੇ ਦੁਆਲੇ ਨੂੰ ਲੈ ਕੇ ਸੰਦੇਸ਼ ਸੀ ਕਿ ਵਾਤਾਵਰਨ ਸਾਫ਼ ਸੁਥਰਾ ਰੱਖੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਰੇ ਸਾਰਾ ਸਾਰਾ ਜਗਤ ਦਾ ਹੈਗਾ, ਸਾਰਾ ਕਲਿਆ ਸਾਰਾ ਸਿੱਖਾਂ ਦਾ ਨਹੀਂ, ਸਾਰਿਆਂ ਦਾ ਹੈਗਾ, ਪਰ ਲੋਕਾਂ ਨੂੰ ਸਮਝਿਆ ਨਹੀਂ ਹਾਲੇ, ਉਹਨਾਂ ਨੂੰ ਹੌਲੀ ਹੌਲੀ ਸਮਝਾਵਾਂਗੇ ਅਸੀਂ, ਅਸੀਂ ਆਪ ਸਮਝਾਇਆ ਨੀਗਾ, ਦੱਸਿਆ ਨੇ ਲੋਕਾਂ ਨੂੰ ਗੁਰੂ ਨਾਨਕ ਕੌਣ ਸੀਗੇ, ਇਸ ਕਰਕੇ ਬਹੁਤ ਟਾਈਮ ਲੱਗਾ ਹੈਗਾ, ਅਤੇ ਹੁਣ ਅਸੀਂ ਸਿਖਾਵਾਂਗੇ, ਹੌਲੀ ਸਮਝਾਵਾਂਗੇ, ਅਤੇ ਬਾਹਰਲੇ ਮੁਲਕਾਂ ਵੀ ਸਮਝਾਉਂਦੇ ਅਸੀਂ ਕਿ ਗੁਰੂ ਨਾਨਕ ਹੈ, ਇਹ ਜੀਂਦਾ ਜਿਹੜਾ ਮਤਲਬ ਜਿਹੜੀ ਬਾਣੀ ਹੈ ਜੀਣ ਦੀ ਜਾਗਦੀ ਗੁਰੂ ਹੈ। ਕਈ ਹੁੰਦੇ ਨੇ ਕੱਪੇ ਵਜੋ ਤੁਸੀਂ ਬਾਈਬਲ ਹੋਇਆ ਜਾਂ ਤੁਸੀਂ ਹੋ ਜੀ ਹੁਣ ਉਹ ਇਹ ਜਿਹੜੀ ਜੀਣ ਜਾਗਦੀ ਬਾਣੀ ਆ, ਇਸ ਕਰਕੇ ਉਹ ਅਸੀਂ ਸਮਝਾਉਂਦੇ ਹਾਂ, ਇਹ ਟਾਈਮ ਲੱਗਦਾ ਹੈ ਅਤੇ ਟਾਈਮ ਲੱਗੇਗਾ, ਪਰ ਲੋਕਾਂ ਨੂੰ ਪਤਾ ਲੱਗੇਗਾ ਵੀ ਹਾਂ ਗੁਰੂ। ਅਤੇ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਘਰ ਘਰ ਤੱਕ ਪਹੁੰਚੇ ਅਤੇ ਉਸੇ ਦਾ ਸੁਨੇਹਾ ਜਿਹੜਾ ਇਸ ਤਰੀਕੇ ਸੇਵਾ ਕਰਕੇ ਵੀ ਲੋਕ ਜਿਹੜੇ ਨੇ ਗੁਰੂ ਦੇ ਜ਼ਰੀਏ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਵੀ ਜੀ ਕਿੱਥੇ ਕਿਹੜੇ ਜਗ੍ਹਾ ਤੋਂ ਆਏ ਤੁਸੀਂ? ਪਵਿੱਤਰ ਵੇਈ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਗੁਰੂ ਸਾਹਿਬ ਦੇ ਨਾਲ ਸ਼ੁਰੂ ਤੋਂ ਪਵਿੱਤਰ ਵੇਈ ਸੰਬੰਧਿਤ ਰਹੀ ਹੈ। ਇਸੇ ਸਥਾਨ ਦੇ ਉੱਤੇ ਗੁਰੂ ਸਾਹਿਬ ਦੇ ਵੱਲੋਂ ਜਿਹੜਾ ਸੀ ਪਰਮਾਤਮਾ ਦਾ ਉਚਾਰਨ ਕੀਤਾ ਜਾਂਦਾ ਸੀ, ਪਰਮਾਤਮਾ ਦੀ ਸਿਮਰਨ ਕੀਤਾ ਜਾਂਦਾ ਸੀ ਇਸੇ ਕੰਢੇ ਦੇ ਉੱਤੇ ਆ ਕੇ। ਅਤੇ ਦੱਸ ਦਈਏ ਕਿ ਇਸੇ ਸਥਾਨ ਦੇ ਉੱਤੇ ਗੁਰੂ ਸਾਹਿਬ ਜਦੋਂ ਆ ਕੇ 3 ਦਿਨ ਦੇ ਲਈ ਅਲੋਪ ਰਹੇ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਵਹੀਂ ਦੇ ਵਿੱਚੋਂ ਬਾਹਰ ਆਏ ਸੀ ਤਾਂ ਉਸੇ ਵੇਲੇ ਉਹਨਾਂ ਦੇ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ ਸੀ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਨ ਗੁਰਪ੍ਰਸਾਦ। ਇਸ ਮੂਲ ਮੰਤਰ ਦਾ ਜਾਪ ਗੁਰੂ ਸਾਹਿਬ ਨੇ ਇਸੇ ਪਵਿੱਤਰ ਵੇਈ ਦੇ ਕੰਢੇ ਦੇ ਉੱਤੇ ਕੀਤਾ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਸੇ ਪਵਿੱਤਰ ਵੇਈ ਦੇ ਕੰਢੇ ਦੇ ਉੱਤੇ ਗੁਰਦੁਆਰਾ ਸੰਤ ਘਾਟ ਵੀ ਮੌਜੂਦ ਹੈ।
ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬਾਈ ਗੁਰੂ ਸਾਹਿਬ ਦੇ ਵੱਲੋਂ ਬਾਣੀ ਰਚੀ ਗਈ ਸੀ ਜਪਜੀ ਸਾਹਿਬ ਉਹ ਵੀ ਉਹਨਾਂ ਨੇ ਇੱਥੇ ਹੀ ਪਵਿੱਤਰ ਮਈ ਦੇ ਕੰਢੇ ਦੇ ਉੱਤੇ ਹੀ ਗੁਰੂ ਸਾਹਿਬ ਦੇ ਵੱਲੋਂ ਉਸ ਬਾਣੀ ਨੂੰ ਰਚਿਆ ਗਿਆ ਸੀ। ਸੁਲਤਾਨਪੁਰ ਲੋਧੀ ਤੋਂ ਜੇਕਰ ਅਸੀਂ ਗੱਲ ਕਰੀਏ ਤਾਂ ਗੁਰੂ ਸਾਹਿਬ ਦੇ ਵੱਲੋਂ ਜੋ ਚਾਰ ਉਦਾਸੀਆਂ ਕੀਤੀਆਂ ਗਈਆਂ ਸੀ ਉਸ ਦੇ ਵਿੱਚੋਂ ਪਹਿਲੀ ਉਦਾਸੀ ਦੀ ਸ਼ੁਰੂਆਤ ਜਿਹੜੀ ਸੀ ਇੱਥੋਂ ਹੀ ਸੁਲਤਾਨਪੁਰ ਲੋਧੀ ਤੋਂ ਗੁਰੂ ਸਾਹਿਬ ਦੇ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਵੱਖ ਵੱਖ ਥਾਵਾਂ ਦੇ ਉੱਤੇ ਉਹਨਾਂ ਨੇ ਚਾਰ ਉਦਾਸੀਆਂ ਗੁਰੂ ਸਾਹਿਬ ਦੇ ਵੱਲੋਂ ਕੀਤੀਆਂ ਗਈਆਂ ਸੀ ਅਤੇ ਇੱਕ ਅਹਿਮ ਸੰਦੇਸ਼ ਗੁਰੂ ਸਾਹਿਬ ਦੇ ਵੱਲੋਂ ਆਲੇ ਦੁਆਲੇ ਨੂੰ ਲੈ ਕੇ ਦਿੱਤਾ ਗਿਆ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅਤੇ ਉਸ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਇਹਨਾਂ ਚੀਜ਼ਾਂ ਦੀ ਇਸ ਆਲੇ ਦੁਆਲੇ ਦੀ ਸਾਡੇ ਦੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਮਹੱਤਤਾ ਹੈ ਅਤੇ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਇਹ ਪਵਿੱਤਰ ਵਹੀ ਜਿਹੜੀ ਹੈ ਉਹ ਹਰ ਵੇਲੇ ਸਾਨੂੰ ਇਹੀ ਸੰਦੇਸ਼ ਦਿੰਦੀ ਹੈ ਕਿ ਗੁਰੂ ਸਾਹਿਬ ਦੇ ਨੇ ਜੋ ਸੁਨੇਹਾ ਦਿੱਤਾ ਸੀ ਸਾਨੂੰ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦਾ, ਉਸ ਨੂੰ ਹਮੇਸ਼ਾ ਅਸੀਂ ਯਾਦ ਰੱਖੀਏ। ਅਤੇ ਇਸ ਵੇਲੇ ਵੀ ਜਦੋਂ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸੰਗਤ ਨੂੰ ਭਾਵੇਂ ਸੰਤ ਸੀਚੇਵਾਲ ਹੋਣ ਜਾਂ ਤਮਾਮ ਜੋ ਲੋਕ ਨੇ ਉਹ ਗੁਰੂ ਸਾਹਿਬ ਦੇ ਇਸੇ ਫਲਸਫੇ ਨੂੰ ਜਿਹੜਾ ਹੈ ਉਮੀਦ ਕਰਦੇ ਨੇ ਕਿ ਲੋਕ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ, ਪੰਜਾਬ ਦੀ ਆਬੋ ਹਵਾ ਜੋ ਕਿ ਇਸ ਵੇਲੇ ਪਲੀਤ ਹੋ ਰਹੀ ਹੈ, ਪੰਜਾਬ ਦੇ ਪਾਣੀ ਪਲੀਤ ਹੋ ਰਹੇ ਨੇ, ਉਹਨਾਂ ਨੂੰ ਸਾਂਭੀਏ ਕਿ ਜੇਕਰ ਇਹਨਾਂ ਨੂੰ ਸਾਂਭਾਂਗੇ ਤਾਂ ਹੀ ਜਿਹੜੀ ਹੈ ਅੱਗੇ ਸਾਡੀ ਜ਼ਿੰਦਗੀ ਜਿਹੜੀ ਹੈ ਇਸੇ ਤਰੀਕੇ ਨਾਲ ਸਾਫ਼ ਸੁਥਰੇ ਗੁਰੂ ਸਾਹਿਬ ਦੇ ਉਪਦੇਸ਼ ਦੇ ਮੁਤਾਬਕ ਅਸੀਂ ਉਸਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਾਂਗੇ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਕੁਲਵਿੰਦਰ ਸਿੰਘ, ਜਸ ਪੰਜਾਬੀ, ਸੁਲਤਾਨਪੁਰ ਲੋਧੀ।